ਸਤਿ ਸ਼੍ਰੀ ਅਕਾਲ ਜੀ, ਰੋਇਲ ਕਲੈਕਸ਼ਨ ਐਂਡ ਬੁਟੀਕ ਰਾਜ ਪੈਲਸ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਈ ਹਾਂ ਤੁਹਾਡੇ ਵਾਸਤੇ, ਕੋਟਨ ਦੇ ਸੂਟ ਲੈ ਕੇ ਆਏ ਹਾਂ। ਕੋਟਨ ਸ਼ੁਰੂ ਕਰਤੀ ਹੈ ਜੀ ਅਸੀਂ ਹੁਣ, ਵੈਸੇ ਤਾਂ ਮਿਕਸ ਦਿਖਾਵਾਂਗੇ, ਇਹ ਨਹੀਂ ਹੈਗਾ ਕਿ ਅਸੀਂ ਤੁਹਾਨੂੰ ਹਲੇ ਵੂਲਨ ਦੇ ਸੂਟ ਨਹੀਂ ਦੇਵਾਂਗੇ। ਵੂਲਨ ਵੀ ਚੱਲਦੀ ਹੈ, ਅਸੀਂ ਤੁਹਾਨੂੰ ਡਿਸਕਾਊਂਟ ਦਿੱਤੇ, ਹੁਣ ਵੂਲਨ ਦੇ ਸੂਟ ਦੇਵਾਂਗੇ। ਅਤੇ ਹੁਣ ਕੋਟਨ ਦੇ ਸੂਟਾਂ ਦੀ ਵੀ ਜਿੱਦਾਂ ਡਿਮਾਂਡ ਰਹਿੰਦੀ ਹੈ ਜੀ, ਉਹ ਸੂਟ ਲੈ ਕੇ ਆਏ ਅੱਜ। ਅਤੇ ਪ੍ਰਾਈਸ ਰਹੂਗਾ ਸਾਰੀ ਹੀ ਵੀਡੀਓ ਦਾ 1900। ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚੋਂ ਪਸੰਦ ਆਇਆ, 1900 ਦਾ ਸੂਟ ਹੈ ਜੀ, ਜੋ ਵੀ ਸੂਟ ਪਸੰਦ ਆ ਉਸਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ 'ਤੇ ਉਸਦੀ ਪਿਕ ਸੈਂਡ ਕਰ ਸਕਦੇ ਹੋ, ਪੇਮੈਂਟ ਕਰਵਾ ਕੇ ਬੁਕਿੰਗ ਕਨਫਰਮ ਕਰਵਾ ਸਕਦੇ ਹੋ। ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਹੈ ਜੀ, ਬ੍ਰਾਂਡਡ ਸੂਟ ਰਹਿਣਗੇ ਸਾਰੇ। ਇਹ ਹੈਗੇ ਨੇ ਅੱਜ ਦੇ ਜਿਹੜੇ ਫਸਟ ਸੂਟ ਦਿਖਾ ਰਹੀ ਹਾਂ, ਜੈ ਵਿਜੇ ਬ੍ਰਾਂਡ ਦੇ, ਠੀਕ ਹੈ। 1900 ਪ੍ਰਾਈਸ ਅੱਜ ਦੀ ਸਾਰੀ ਹੀ ਵੀਡੀਓ ਦਾ। ਲੁੱਕ ਬਹੁਤ ਪਿਆਰੀ ਆ, ਸੂਟ ਖਾਦੀ ਸਟਾਈਲ ਦੇ ਵਿੱਚ ਇਹਦਾ ਸਟੱਫ ਰਹੂਗਾ ਜੀ, ਕੋਟਨ, ਪਿਓਰ ਕੋਟਨ, ਠੀਕ ਹੈ। ਨੈਕ ਦੇ ਉੱਪਰ ਵਰਕ ਆ ਅਤੇ ਲੇਸਿਸ ਦੇ ਨਾਲ ਇਹ ਸੂਟ ਨੂੰ ਹਾਈਲਾਈਟ ਕੀਤਾ ਹੋਇਆ, ਅਤੇ ਨੀਚੇ ਬਣਿਆ ਹੋਇਆ ਜੀ ਇਹਦਾ ਬਹੁਤ ਪਿਆਰਾ ਵਰਕ ਵਾਲਾ ਘੇਰਾ, ਇਹ ਸਾਰਾ ਘੇਰਾ ਇਸਦਾ ਇੱਦਾਂ, ਠੀਕ ਹੈ। ਸਾਈਡ 'ਤੇ ਤੁਹਾਨੂੰ ਐਕਸਟਰਾ ਇਹ ਕੱਪੜਾ ਦਿੱਤਾ ਹੋਇਆ, ਚਾਹੇ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਕਰ ਸਕਦੇ ਹੋ, ਇਹਨੂੰ ਬਾਜੂ 'ਤੇ ਲਗਾ ਲਓ ਸਾਈਡ ਪੱਲੇ 'ਤੇ, ਵੈਸੇ ਤਾਂ ਬਾਜੂ ਦਾ ਇਹ ਡਿਜ਼ਾਈਨ। ਅਤੇ 2.5 ਮੀਟਰ ਦੀ ਸ਼ਰਟ ਆ ਜੇ, ਨਾਲ ਸ਼ਰਟ ਨਾਲੋਂ ਡਾਰਕ ਟੋਨ 'ਤੇ ਆ ਜਾਏਗੀ ਇਸਦੀ ਸਲਵਾਰ, ਅਤੇ ਸਲਵਾਰ 'ਤੇ ਪੌਂਚਿਆਂ 'ਤੇ ਵੀ ਇਹ ਵਾਲਾ ਕੰਮ ਆ, ਤੁਸੀਂ ਪੈਂਟ ਬਣਾਓ ਜਾਂ ਸਲਵਾਰ ਬਣਾਓ, ਬਹੁਤ ਸੋਹਣੀ ਲੁੱਕ ਆਉਣੀ ਆ ਸੂਟ ਦੇ। ਨਾਲ ਹੈਗੇ ਨੇ ਪਿਓਰ ਕੋਟਨ ਦੇ ਦੁਪੱਟੇ ਲੀਲਨ ਸਟਾਈਲ 'ਚ, ਠੀਕ ਹੈ। ਦੇਖੋ ਕਿੰਨਾ ਪਿਆਰਾ ਦੁਪੱਟਾ ਪਿਓਰ ਕੋਟਨ ਦਾ, ਪਹਿਲੀ ਉਹ ਵੀਡੀਓ ਤੁਹਾਨੂੰ ਅਸੀਂ ਸਟਾਈਲਿਸ਼ ਜਿਹੇ ਸੂਟ ਲੈ ਕੇ ਆਏ, ਉਹ ਵੀ ਘੱਟ ਪ੍ਰਾਈਸ ਦੇ ਵਿੱਚ ਨੇ ਸਾਰੇ ਸੂਟ ਇਹ, ਕਿਉਂਕਿ ਬ੍ਰਾਂਡਡ ਸੂਟ ਨੇ, ਜੈ ਵਿਜੇ ਬ੍ਰਾਂਡ ਦੇ ਸੂਟ ਰਹਿਣਗੇ ਜੀ। ਅਤੇ ਪ੍ਰਾਈਸ ਹੈਗਾ ਏ 1900। ਸਲਵਾਰਾਂ ਦਾ ਕਲਰ ਡਾਰਕ ਆਏਗਾ, ਸ਼ਰਟਾਂ ਰਹਿਣਗੀਆਂ ਲਾਈਟ ਸ਼ੇਡ 'ਤੇ। ਇਹ ਹੈਗਾ ਸੈਕਿੰਡ ਕਲਰ ਡਿਜ਼ਾਈਨ, ਇਹ ਸਲਵਾਰ ਦਾ ਡਿਜ਼ਾਈਨ ਹੈ ਜੀ, ਠੀਕ ਹੈ। ਇਹਦੇ ਨਾਲ ਕੰਟਰਾਸਟ ਹੈਗਾ ਮਸਟਰਡ ਸ਼ੇਡ ਦਾ। ਫੋਟੋਆਂ ਦੇ ਵਿੱਚ ਪ੍ਰੋਪਰ ਲੁੱਕ ਤੁਹਾਨੂੰ ਦੇਖਣ ਨੂੰ ਮਿਲੇਗੀ ਸੂਟ ਦੀ। ਇੱਕ ਕਲਰ ਮਿਲ ਜਾਏਗਾ ਇਹ ਗ੍ਰੇ ਸਕਾਈ ਕਲਰ। ਇਹ ਹੈਗੀ ਹੈ ਜੀ ਸ਼ਰਟ, ਅਤੇ ਨਾਲ ਮਿਲ ਜਾਏਗਾ ਤੁਹਾਨੂੰ ਇਹ ਥੋੜ੍ਹਾ ਡਾਰਕ ਟੋਨ ਦੇ ਉੱਪਰ ਸਲਵਾਰ ਦਾ ਫੈਬਰਿਕ। ਇਹਦਾ ਸੇਮ ਹੀ ਡਾਰਕ ਬਲੂ ਨੇਵੀ ਬਲੂ ਕਲਰ ਦੇ ਉੱਪਰ ਬਹੁਤ ਪਿਆਰਾ ਕਲਰ ਕੰਟਰਾਸਟ ਆ ਲਾਈਟ ਐਂਡ ਡਾਰਕ ਦਾ। ਇੱਕ ਸੂਟ ਤੁਹਾਨੂੰ ਮਿਲ ਜਾਏਗਾ ਬਹੁਤ ਪਿਆਰੇ ਜਿਹੇ ਸ਼ੇਡ 'ਤੇ, ਯਾਨੀਅਨ ਜਿਹਾ ਸ਼ੇਡ ਆ ਜਾਂਦਾ ਬਹੁਤ ਸੋਹਣਾ ਲਾਈਟ ਡਾਰਕ ਦਾ ਕੰਟਰਾਸਟ। ਸਾਰੇ ਸੂਟ ਕੋਟਨ 'ਤੇ ਆ, ਵਿਦਾਊਟ ਲਾਈਨਿੰਗ ਵੀ ਬਣ ਸਕਦਾ ਜੀ, ਲਾਈਨਿੰਗ ਲਗਾ ਕੇ ਬਣਾਓਗੇ ਤੁਹਾਨੂੰ ਪਤਾ ਹੀ ਹੈ ਲਾਈਨਿੰਗ ਨਾਲ ਸਟੱਫ ਦੀ ਗ੍ਰੇਸ ਆ ਜਾਂਦੀ ਆ, ਅਤੇ ਫੈਬਰਿਕ ਦੀ ਥੋੜ੍ਹੀ ਲਾਈਫ ਵੱਧ ਜਾਂਦੀ ਆ, ਠੀਕ ਹੈ ਜੀ। ਇਹ ਹੈਗਾ ਏ ਇਸ ਦਾ ਡਿਜ਼ਾਈਨ, ਕਲਰ ਬਹੁਤ ਸੋਹਣੇ ਆ ਅਤੇ ਬਹੁਤ ਸਾਰੇ ਆ। ਇਹ ਹੈਗਾ ਜੀ ਨੈਕਸਟ ਡਿਜ਼ਾਈਨ, ਕਾਫੀ ਸਾਰੇ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ। ਇਹਦੀ ਸਲਵਾਰ ਰਹੇਗੀ ਜੀ ਸੇਮ ਬੇਸ ਕਲਰ ਦੀ, ਜਿੱਦਾਂ ਦੀ ਸ਼ਰਟ ਆ ਉੱਦਾਂ ਦੀ ਉਹ ਸਲਵਾਰ ਰਹੇਗੀ, ਅਤੇ ਦੁਪੱਟਾ ਰਹੇਗਾ ਸੇਮ ਹੀ ਫੈਬਰਿਕ 'ਤੇ ਜਿਹੜਾ ਪਹਿਲਾਂ ਦਿਖਾਇਆ ਤੁਹਾਨੂੰ, ਲੀਲਨ ਕੋਟਨ ਦੇ ਉੱਪਰ ਦੁਪੱਟਾ ਹੈ, ਠੀਕ ਹੈ। ਅਤੇ ਜਿਹੜੇ ਇਹ ਸੂਟ ਦਿਖਾ ਰਹੀ ਹਾਂ ਇਹਨਾਂ ਸਾਰਿਆਂ ਦੇ ਨਾਲ ਹੁਣ ਬੇਸ ਕਲਰ ਦੀਆਂ ਹੀ ਸਲਵਾਰਾਂ ਰਹਿਣਗੀਆਂ, ਸੇਮ ਹੀ ਸੂਟ ਲਾਉਂਦੀਆਂ। ਇਹਦੇ ਨਾਲ ਹੈਗਾ ਮੈਰੂਨ ਕਲਰ ਦਾ ਕੰਟਰਾਸਟ, ਠੀਕ ਹੈ।
ਇੱਕ ਹੈਗਾ ਜੀ ਇਹ ਪਹਿਲਾਂ ਵੀ ਤੁਹਾਨੂੰ ਸ਼ਾਇਦ ਦਿਖਾਇਆ ਵਾਲਾ ਮੈਂ ਕਲਰ, ਇਹ ਸੇਮ ਹੀ ਹੈ ਸੂਟ ਅਤੇ ਇਹਦੇ ਨਾਲ ਹੈਗਾ ਮਸਟਰਡ ਕਲਰ ਦਾ ਕੰਟਰਾਸਟ। ਇੱਕ ਇਹ ਵਾਲਾ ਕੰਟਰਾਸਟ ਹੈ ਜੀ, ਇਹ ਬਣੇ ਹੋਏ ਨੈੱਕ 'ਤੇ ਸਾਰੇ ਲੇਸਿਸ ਦੇ ਨਾਲ ਇਹਨਾਂ ਨੂੰ ਹਾਈਲਾਈਟ ਕੀਤਾ ਹੋਇਆ, ਘੇਰੇ ਇਹਨਾਂ ਦੇ ਇੱਦਾਂ ਪ੍ਰੋਪਰ ਹਾਈਲਾਈਟ ਨੇ ਸਾਰੇ। ਇਹਦੇ ਨਾਲ ਵੀ ਡਾਰਕ ਸਲਵਾਰ ਆਊਗੀ ਜੀ, ਇਹ ਮੈਰੂਨ ਸ਼ੇਡ ਦਾ ਵਾਈਨ ਮੈਰੂਨ ਜਿਹਾ ਕਲਰ ਆ, ਬਹੁਤ ਸੋਹਣਾ ਦੁਪੱਟੇ ਦਾ। ਪ੍ਰਾਈਸ ਹੈਗਾ ਜੀ 1900। ਜਿਹੜਾ ਵੀ ਸੂਟ ਲੈਣਾ ਉਸਦਾ ਸਕਰੀਨਸ਼ੋਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ। ਨੈਕਸਟ ਦੇ ਰਹੇ ਹਾਂ ਸੂਟ, ਥੋੜ੍ਹਾ ਜਿਹਾ ਕਿ ਇਹ ਮਸਲੀਨ ਸਟਾਈਲ ਦੇ ਵਿੱਚ ਆ ਜਾਂਦਾ ਹੈ, ਕੋਟਨ ਮਸਲੀਨ ਜਿਹੜੀ ਆਪਾਂ ਗਰਮੀਆਂ 'ਚ ਪਾਉਂਦੇ ਹਾਂ। ਇਹਨੂੰ ਸਾਰੇ ਹੀ ਸੂਟ ਨੂੰ ਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ, ਇਹ ਸਾਰਾ ਤਿੱਲੇ ਦਾ ਵਰਕ ਹੈ ਜੀ। ਲੁੱਕ ਲਾਈਕ ਜਿੱਦਾਂ ਹੁੰਦਾ ਹੈ ਗੋਟਾ ਪੱਤੀ ਦਾ ਕੰਮ, ਬਸ ਸਿੰਪਲ ਜੀ ਬੂਟੀ ਦਿੱਤੀ ਹੋਈ ਆ ਸਾਰੀ ਸ਼ਰਟ ਦੇ ਵਿੱਚ। ਬੈਕ ਸਾਈਡ ਤੋਂ ਪਲੇਨ ਰਹੂਗਾ, ਮਤਲਬ ਸਿਰਫ ਪ੍ਰਿੰਟ ਹੀ ਰਹੂਗਾ, ਵਰਕ ਨਹੀਂ ਹੈਗਾ। ਇਹਨਾਂ ਦੇ ਨਾਲ ਰਹਿਣਗੀਆਂ ਜੀ ਪਲੇਨ ਸਲਵਾਰਾਂ, ਠੀਕ ਹੈ, ਅਤੇ ਦੁਪੱਟੇ ਵੀ ਮਸਲੀਨ ਸਟਾਈਲ 'ਚ ਹੀ ਹੋਣਗੇ ਇਹਨਾਂ ਦੇ, ਉਹ ਵੀ ਵਰਕ ਵਾਲੇ, ਬਹੁਤ ਸੌਫਟ ਦੁਪੱਟੇ ਆ। ਸੂਟ ਹੀ ਬਹੁਤ ਜ਼ਿਆਦਾ ਸੌਫਟ ਆ, ਵਿਦਾਊਟ ਲੈਨਿੰਗ ਤੁਸੀਂ ਬਣਾ ਸਕਦੇ ਹੋ। ਇਹ ਵਰਕ ਹੈ ਸਾਰਾ ਹੀ, ਕੋਈ ਪੇਸਟਿੰਗ ਨਹੀਂ ਕੀਤੀ ਹੋਈ ਹੈਗੀ, ਵਰਕ ਦੇ ਨਾਲ ਤੁਹਾਨੂੰ ਪ੍ਰੋਪਰ ਦੁਪੱਟਾ ਮਿਲੂਗਾ ਜੀ। ਅਤੇ ਪ੍ਰਾਈਸ ਤਾਂ ਸੇਮ ਹੀ ਹੈ ਸਾਰੀ ਹੀ ਵੀਡੀਓ ਦਾ। ਇਹਦੇ ਵਿੱਚ ਜਿਹੜੇ ਬੇਸ ਕਲਰ ਉਹ ਸੇਮ ਰਹੂਗਾ, ਸਿਰਫ ਜਿਹੜਾ ਵਿੱਚ ਵਾਲਾ ਕਲਰ ਆ ਜੀ ਉਹ ਕਲਰ ਦਾ ਚੇਂਜ ਹੋ ਜਾਏਗਾ। ਇਹ 'ਚ ਜਿਹੜਾ ਗ੍ਰੀਨ ਸ਼ੇਡ ਆ, ਇਸ 'ਚ ਮਸਟਰਡ ਸ਼ੇਡ ਆ ਗਿਆ, ਅਤੇ ਇੱਕ ਹੈਗਾ ਪਿੰਕ ਕਲਰ ਫਿਰੋਜ਼ੀ, ਮੈਂ ਤੁਹਾਨੂੰ ਖੋਲ੍ਹ ਕੇ ਦਿਖਾ ਤਾ। ਲੁੱਕ ਕੁਛ ਇੱਦਾਂ ਆਏਗੀ ਸੂਟ ਦੇ, ਠੀਕ ਹੈ ਜੀ। ਨੈਕਸਟ ਡਿਜ਼ਾਈਨ ਬਹੁਤ ਜ਼ਿਆਦਾ ਫੇਮਸ ਡਿਜ਼ਾਈਨ ਹੈ, ਇਹ ਬਹੁਤ ਸਾਰੇ ਕਲਰਾਂ 'ਤੇ ਮਤਲਬ ਸੋਰੀ ਫੈਬਰਿਕ 'ਤੇ ਆਉਂਦਾ ਇਹ ਵਾਲਾ ਡਿਜ਼ਾਈਨ ਹੈ ਜਿਹੜਾ। ਸਟੱਫ ਤੁਹਾਨੂੰ ਪਸੰਦ ਆਏਗਾ, ਬਹੁਤ ਫਾਈਨ ਢਿਲਕਵਾਂ ਜਿਹਾ ਸਟੱਫ ਹੈ, ਇਹ ਕੋਟਨ ਦਾ ਹੀ ਹੈ ਸਾਰਾ ਹੀ ਸਟੱਫ ਇਹ, ਠੀਕ ਹੈ ਜੀ, ਬਹੁਤ ਸੋਹਣਾ। ਇਹਦੇ ਸਾਰੇ ਦੇ ਵਿੱਚ ਬਲੌਕ ਦਾ ਪ੍ਰਿੰਟ ਆ, ਅਤੇ ਦੇਖੋ ਇਹ ਵਰਕ ਕੀਤਾ ਹੋਇਆ ਵੇਸ ਕਲਰ ਦਾ ਹੀ, ਤੁਹਾਨੂੰ ਸ਼ਾਇਦ ਵੀਡੀਓ 'ਚ ਨਾ ਦਿਖੇ, ਥਰੈਡ ਵਰਕ ਕੀਤਾ ਹੋਇਆ ਸਾਰੇ ਸੂਟ 'ਤੇ। ਇਹਦੇ ਨਾਲ ਵੀ ਮਸਲੀਨ ਕੋਟਨ ਦੀ ਸਲਵਾਰ ਆ ਜੇ, ਅਤੇ ਕੋਟਨ ਦਾ ਹੀ ਹੈਗਾ ਦੁਪੱਟਾ, ਇਹ ਕੋਟਨ ਦੇ ਦੁਪੱਟੇ ਆ ਇੱਦਾਂ, ਠੀਕ ਹੈ ਜੀ। ਅਤੇ ਕਲਰ ਤੁਹਾਨੂੰ ਦੇ ਦਿੰਦੇ ਹਾਂ, ਇਹ ਹੈਗਾ ਫਸਟ ਕਲਰ ਕੋਟਨ ਦੇ ਸੂਟਾਂ ਦਾ, ਬਹੁਤ ਸੋਹਣੇ ਸੋਹਣੇ ਕਲਰ ਡਿਜ਼ਾਈਨ ਇਹਨਾਂ ਦੇ। ਪ੍ਰਾਈਸ ਹੈਗਾ ਸਾਰੇ ਹੀ ਸੂਟਾਂ ਦਾ ਨੇਵੀ ਬਲੂ ਕਲਰ ਆ, ਅਤੇ ਪਰਪਲ ਸ਼ੇਡ ਆ, ਇਸ ਦੇ ਵਿੱਚ ਮੈਰੂਨ ਆ ਗਿਆ, ਅਤੇ ਇੱਕ ਨੀਚੇ ਮਹਿੰਦੀ ਜਿਹਾ ਸ਼ੇਡ ਆ ਗਿਆ ਮਸਟਰਡ ਮਹਿੰਦੀ ਜਿਹਾ। ਪ੍ਰਾਈਸ 1900 ਜਿਹੜਾ ਵੀ ਸੂਟ ਲੈਣਾ। ਨੈਕਸਟ ਆ ਗਿਆ ਜੀ ਕੇਸਰ ਕਰਾਚੀ ਬ੍ਰਾਂਡ ਦਾ ਸੂਟ ਆ, ਪਿਓਰ ਕੋਟਨ ਦੇ ਉੱਪਰ, ਦੁਪੱਟੇ ਥੋੜ੍ਹੇ ਅਲੱਗ ਸਟਾਈਲ ਦੇ ਦੇਵਾਂਗੇ ਇਸ ਵਾਰ ਇਹਨਾਂ ਦੇ ਨਾਲ। ਸੈਲਫ ਪ੍ਰਿੰਟ ਦੇ ਉੱਪਰ ਨੈੱਕ ਵਰਕ ਹੈ ਜੀ ਪ੍ਰੋਪਰ ਥਰੈਡ ਵਰਕ ਦੇ ਨਾਲ, ਅਤੇ ਨੀਚੇ ਘੇਰੇ 'ਤੇ ਵੀ ਬਾਰਡਰ ਮਿਲੇਗਾ ਤੁਹਾਨੂੰ। ਇਹਨਾਂ ਦੇ ਨਾਲ 2.5 ਮੀਟਰ ਪਲੱਸ ਸਲਵਾਰਾਂ ਨੇ ਇਹ, ਠੀਕ ਹੈ ਜੀ, 2.5 ਮੀਟਰ ਪਲੱਸ ਆ,
ਢਾਈ ਮੀਟਰ ਘੱਟ ਨਹੀਂ ਹੈਗੀ। ਜਿਹੜੇ ਦੁਪੱਟੇ ਨੇ ਉਹ ਹੈਗੇ ਨੇ ਬਰੋਸ਼ਾ ਸਟਾਈਲ 'ਚ, ਬਰੋਸ਼ੇ ਦੇ ਦੁਪੱਟੇ ਨੇ ਇਹਨਾਂ ਦੇ ਨਾਲ, ਕੋਟਨ ਦੇ ਸੂਟ ਆ ਜੇ। ਠੀਕ ਹੈ, ਦੁਪੱਟਾ ਦੇਖੋ ਕਿੰਨਾ ਪਿਆਰਾ, ਬਹੁਤ ਸੋਹਣਾ ਸੂਟ ਆ। ਅਤੇ ਪ੍ਰਾਈਸ ਹੈਗਾ ਸੇਮ ਹੀ, ਕਲਰ ਆਪਸ਼ਨ ਦੇ ਦਿੰਦੇ ਹਾਂ ਜੀ ਇਹਨਾਂ ਦੇ ਵੀ ਤੁਹਾਨੂੰ ਸੇਮ ਪ੍ਰਾਈਸ, ਮਤਲਬ 1900 ਦਾ ਸੂਟ ਆ। ਇਹ ਹੈਗਾ ਸੈਕਿੰਡ ਕਲਰ ਇਹਦਾ, ਇਹ ਕਲਰ ਮਿਲ ਜਾਏਗਾ ਜੀ ਤੁਹਾਨੂੰ ਮਸਟਰਡ। ਠੀਕ ਹੈ, ਇੱਕ ਕਲਰ ਮਿਲ ਜਾਏਗਾ ਇਹ ਲਾਈਟ ਗ੍ਰੀਨ ਗ੍ਰੇ ਜਿਹਾ ਸ਼ੇਡ ਆ, ਬਹੁਤ ਸੋਹਣਾ। ਇੱਕ ਮਿਲ ਜਾਏਗਾ ਜੀ ਇਹ ਰਸਟੀ ਪੀਸ, ਇਹ ਸੇਮ ਹੀ ਆ ਦੋਨੋਂ ਹੀ ਸੂਟ, ਸੇਮ ਹੀ ਕਲਰ ਡਿਜ਼ਾਇਨ। ਇੱਕ ਕਲਰ ਹੈਗਾ ਇਹਦੇ ਵਿੱਚ ਪਿੰਕ, ਪਿਆਜੀ ਪਿੰਕ ਜਿਹਾ ਸ਼ੇਡ ਆ। ਕੋਟਨ ਦੇ ਸੂਟ ਨੇ ਜੀ ਸਾਰੇ ਇਹ, ਨੈਕਸਟ ਤੁਹਾਨੂੰ ਦਿਖਾ ਰਹੀ ਹਾਂ ਬਹੁਤ ਪਿਆਰਾ ਡਿਜ਼ਾਇਨ, ਸਟੱਫ ਬਹੁਤ ਜ਼ਿਆਦਾ ਫਾਈਨ ਆ। ਇਹ ਤਾਂ ਹੈਗੀ ਹੈ ਜੀ ਸਲਵਾਰ ਕੋਟਨ ਦੇ ਉੱਪਰ, ਠੀਕ ਹੈ, ਅਤੇ ਇਹ ਹੈਗੀ ਹੈ ਸ਼ਰਟ, ਬਹੁਤ ਪਿਆਰੀ ਸ਼ਰਟ ਆ, ਪ੍ਰਿੰਟ ਵੀ ਬਹੁਤ ਸੋਹਣਾ ਅਤੇ ਉੱਪਰ ਸਾਰੀ ਹਾਈਲਾਈਟ ਕੀਤੀ ਗਈ ਆ। ਸਟੱਫ ਬਿਲਕੁਲ ਕੋਟਨ ਆ, ਅਤੇ ਇਹ ਵੀ ਇਹਦਾ ਕੋਟਨ ਦਾ ਹੀ ਹੈਗਾ ਦੁਪੱਟਾ, ਇੱਦਾਂ। ਠੀਕ ਹੈ, ਇਹ ਮਸਲੀਨ ਕੋਟਨ ਦੀ ਤਰ੍ਹਾਂ ਸਟੱਫ ਆ। ਬੇਸ ਕਲਰ ਸ਼ਰਟ ਆ ਨਾ ਸੇਮ ਰਹੂਗਾ, ਸਲਵਾਰਾਂ ਅਤੇ ਦੁਪੱਟਿਆਂ ਦਾ ਕਲਰ ਚੇਂਜ ਹੋ ਜੂਗਾ ਜੀ। ਇਹਦੇ ਨਾਲ ਆ ਜਾਏਗਾ ਇਹ ਵਾਲਾ ਸ਼ੇਡ ਗ੍ਰੀਨ ਜੀ, ਤੋਂ ਨਾ ਪੈਰਟ ਗ੍ਰੀਨ ਜੀ। ਇਹ ਹੈਗਾ ਜੀ ਗਾ ਨੈਕਸਟ ਨਿਓਨ ਸ਼ੇਡ, ਮਸਟਰਡ ਨਿਓਨ, ਬਹੁਤ ਸੋਹਣਾ ਕਲਰ ਆ। ਇੱਕ ਹੈਗਾ ਜੀ ਵਿੱਚ ਇਹ ਫਰੋਜ਼ੀ ਕਲਰ, ਠੀਕ ਹੈ ਜੀ। ਨੈਕਸਟ ਸੂਟ ਦੇ ਰਹੇ ਹਾਂ ਤੁਹਾਨੂੰ, ਬਹੁਤ ਪਿਆਰਾ ਡਿਜ਼ਾਇਨ ਪ੍ਰਿੰਟ ਵਰਕ। ਇਹ ਤਾਂ ਹੈਗੀ ਹੈ ਜੀ ਸਲਵਾਰ ਪਲੇਨ, 2.5 ਮੀਟਰ ਦੀ ਸਲਵਾਰ ਆ, ਅਤੇ ਇਹਦੇ ਨਾਲ ਹੈਗੀ ਇਹ ਸ਼ਰਟ ਮਸਲੀਨ ਸਟਾਈਲ ਦੇ ਵਿੱਚ, ਬਹੁਤ ਸੋਹਣੀ ਸ਼ਰਟ ਆ। ਸਾਰੇ ਫਰੰਟ ਦੇ ਉੱਪਰ ਵਰਕ ਕੀਤਾ ਹੋਇਆ, ਘੇਰਾ ਵੀ ਹੈਵੀ ਵਰਕ ਮਿਲੇਗਾ ਤੁਹਾਨੂੰ। ਪਲੱਸ ਇਹਦਾ ਦੁਪੱਟਾ ਜਿਹੜਾ ਉਹ ਵੀ ਤੁਹਾਨੂੰ ਹੈਵੀ ਵਰਕ ਦੇ ਨਾਲ ਮਿਲੇਗਾ ਸਾਰੇ। ਇਹ ਵੀ ਬਹੁਤ ਸੋਹਣਾ ਸੂਟ ਹੈ, ਮਸਲੀਨ ਦਾ ਦੁਪੱਟਾ ਵਰਕ ਦੇ ਨਾਲ ਹੈ ਜੀ ਸੂਟ, ਅਤੇ ਇਹਦੇ ਕਲਰ ਦੇ ਦਿੰਦੇ ਹਾਂ। ਪ੍ਰਾਈਸ ਤੁਹਾਨੂੰ ਪਤਾ ਹੀ ਆ ਜੀ, ਸਾਰੀ ਵੀਡੀਓ ਦਾ 1900 ਆ। ਯੈਲੋ ਕਲਰ ਦਾ ਸੂਟ ਆ, ਪਿੰਕ ਕਲਰ ਦਾ ਸੂਟ ਹੈ ਜੀ, ਪੈਰਟ ਪਿਸਤਾ ਜਿਹਾ ਸ਼ੇਡ ਆ, ਪੈਰਟ ਸ਼ੇਡ ਆ, ਠੀਕ ਹੈ। ਅਤੇ ਇੱਕ ਹੈਗਾ ਇਹਦੇ ਵਿੱਚ ਆਨੀਅਨ ਕਲਰ, ਇੱਕ ਹੈਗਾ ਇਹਦੇ ਵਿੱਚ, ਇਹਨਾਂ ਦੇ ਨਾਲ ਸਲਵਾਰਾਂ ਇੱਦਾਂ ਹੀ ਰਹਿਣਗੀਆਂ ਡਾਰਕ ਟੋਨ 'ਤੇ ਜਿੱਦਾਂ ਦੇ ਵਿੱਚ ਦੁਪੱਟੇ ਆ। ਦੇਖੋ ਇਹਦੀ ਇਹ ਸਲਵਾਰ ਆ, ਠੀਕ ਹੈ, ਇਹ ਡਾਰਕ ਜਿਹੀ ਟੋਨ 'ਤੇ ਰਹਿਣਗੇ ਇਹਨਾਂ ਦੇ ਸਾਰਿਆਂ ਦੀਆਂ ਸਲਵਾਰਾਂ। ਬਹੁਤ ਸੋਹਣਾ ਕਲਰ ਪ੍ਰਿੰਟ ਆ, ਸੇਮ ਹੀ ਪ੍ਰਿੰਟ ਦੇ ਵਿੱਚ ਇਹਦੇ ਵਿੱਚ ਇਹ ਡਾਰਕ ਮਹਿੰਦੀ ਸਲਵਾਰ ਹੋਊਗੀ,
ਠੀਕ ਹੈ ਜੀ। ਇਹ 'ਚ ਮਸਟਰਡ ਦੀ ਸਲਵਾਰ ਹੈਗੀ, ਇਹ 'ਚ ਡਾਰਕ ਗਰੇ ਰਹੇਗੇ, ਡਾਰਕ ਗਰੇ ਹੀ ਹੈਗਾ ਇਹਦਾ ਦੁਪੱਟਾ, ਇੱਦਾਂ ਦੀ ਹੈਗੀਆਂ ਨੇ ਸਲਵਾਰਾਂ। ਹਾਂਜੀ, ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਏਗੀ। ਅੱਜ ਦੀ ਵੀਡੀਓ 'ਚ ਜੋ ਵੀ ਸੂਟ ਪਸੰਦ ਆ ਉਸਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ 'ਤੇ ਸੈਂਡ ਕਰ ਸਕਦੇ ਹੋ। ਵੀਡੀਓ ਦੇਖਣ ਲਈ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।